ਆਦੇ ਦੇ ਦਾਰੇ ਹੀ ਜਾਵੇ ਸੋ ਨਿਹਾਲ ਹੋ ਜਾਵੇ ਦਾਰੇ ਹੀ ਜਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦੱਸਾਂਗੇ ਇਟਲੀ ਧਰਤੀ ਦੇ ਉੱਪਰ ਜਿਹੜੇ ਹੈਗੇ ਆ ਕਿੰਨੀ ਤਰੀਕ ਨੂੰ ਕਿੱਥੇ ਤੇ ਕਦੋਂ ਨਗਰ ਕੀਰਤਨ ਜਿਹੜਾ ਉਹ ਨਿਕਲ ਰਿਹਾ ਸੋ ਉਹਦੇ ਬਾਬਤ ਅਸੀਂ ਅੱਜ ਗੱਲ ਕਰਾਂਗੇ ਤੁਹਾਡੇ ਨਾਲ ਕਿਉਂਕਿ ਕੇਵਲੇ ਸੰਗਤਾਂ ਨੂੰ ਨਹੀਂ ਪਤਾ ਹੁੰਦਾ ਵੀ ਇਟਲੀ ਧਰਤੀ ਜੋ ਵਿਸਾਖੀ ਦੇ ਜਿਹੜਦੇ ਸਬੰਧ ਦੇ ਵਿੱਚ ਖਾਲਸੇ ਦੀ ਸਾਜਨਾ ਦੇ ਉਸ ਦੇ ਵਿੱਚ ਜਿਹੜੇ ਨਗਰ ਕੀਰਤਨ ਨਿਕਲ ਰਹੇ ਹਨ ਕਦੋਂ ਤੇ ਕਿੱਥੇ ਨਿਕਲ ਰਹੇ ਹਨ ਜਿੰਨੇ ਤੱਕ ਮੈਨੂੰ ਜਾਣਕਾਰੀ ਆ ਮੈਂ ਆਪਜੀ ਨਾਲ ਸਾਂਝੀ ਕਰਦਾ ਜੇ ਕੋਈ ਮੇਰੀ ਜਾਣਕਾਰੀ ਤੋਂ ਇਲਾਵਾ ਕੋਈ ਨਗਰ ਕੀਰਤਨ ਨਿਕਲਿਆ ਉਹਦੇ ਜਰੂਰ ਕਮੈਂਟ ਕਰਕੇ ਦੱਸੋ ਤਾਂ ਕਿ ਸੰਗਤਾਂ ਨੂੰ ਪਤਾ ਲੱਗ ਸਕੇ ਸੋ ਆ ਸ਼ੁਰੂਆਤ ਕਰਦੇ ਆ ਪਹਿਲਾ ਨਗਰ ਕੀਰਤਨ 1 April ਸ਼ਨੀਵਾਰ ਨੂੰ ਬੰਦਾ ਹੈਗਾ ਆ ਉਹ ਜਿਹੜਾ ਨਗਰ ਕੀਰਤਨ ਉਹ ਨਿਕਲ ਰਿਹਾ ਹੈਗਾ ਆ ਸ਼ਨੀਵਾਰ ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤਨੇਦਰੋਂ 1 ਅਪ੍ਰੈਲ ਨੂੰ ਨਗਰ ਕੀਰਤਨ ਸੰਗਤ ਜੀ ਨਿਕਲ ਰਿਹਾ ਹੈਗਾ ਬਰੇਸ਼ੀਆ ਦਾ ਪਹਿਲਾ ਨਗਰ ਕੀਰਤਨ ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤਨੇਦਰ ਵਾਲਾ ਜਿਹੜੇ ਉਹ ਕੱਢ ਰਹੇ ਹਨ ਇਹ ਇਹ ਸ਼ਨੀ ਤਰੀਕ ਨੂੰ 1 ਤਰੀਕ ਬੰਦੀ ਸੀ ਹੁਣ ਆਪਾਂ ਕਰੀਏ 2 ਤਰੀਕ ਨੂੰ ਜਿਹੜੇ ਦੋ ਨਗਰ ਕੀਰਤਨ ਹੈਗੇ ਆ ਦੋ ਪ੍ਰੈਨ ਨੂੰ ਜਿਹੜਾ ਐਤਵਾਰ ਬੰਦਾ ਹੈਗਾ ਆ ਜਿਹੜਾ ਨਗਰ ਕੀਰਤਨ ਹੈਗਾ ਆ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੇਨੋਂ ਜਿਹੜਾ ਬਰੇਸ਼ੀਆ ਵਿੱਚ ਹੀ ਪੈਂਦਾ ਪ੍ਰਵਿੰਚ ਦੇ ਵਿੱਚ ਦੂਜਾ ਨਗਰ ਕੀਰਤਨ ਜਿਹੜਾ ਉਹ ਨਿਕਲ ਰਿਹਾ ਹੈਗਾ ਆ ਐਤਵਾਰ ਨੂੰ 2 April ਦਿਨ ਇਸੇ ਐਤਵਾਰ ਨੂੰ ਜਿਹੜਾ ਦੂਜਾ ਨਗਰ ਕੀਰਤਨ ਨਿਕਲ ਰਿਹਾ ਉਹ ਹੈਗਾ ਆ ਗੁਰਦੁਆਰਾ ਬਾਬਾ ਇਛੜ ਦਰਵਾਰ ਬਰੇਸ਼ੀਆ ਜਿਹੜਾ ਬਿਲਕੁਲ ਵੀਆ ਮਿਲਾਨੋ ਚਿਮੀ ਤੇ ਉਹਦੇ ਸਾਹਮਣੇ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਆ ਬ੍ਰਿਸ਼ਾ ਸ਼ਹਿਰ ਦੇ ਵਿੱਚ ਉਹ ਜਿਹੜਾ ਦੂਸਰਾ ਨਗਰ ਕੀਰਤਨ ਜਿਹੜਾ ਉਹ ਨਿਕਲ ਰਿਹਾ ਹੈਗਾ ਆ ਜੇ ਅਸੀਂ ਗੱਲ ਕਰੀਏ 7 8 9 ਦਾ ਜਿਹੜਾ ਦਸ਼ਨੀਆ ਤਰ੍ਹਾਂ ਦਾ ਹੈਗਾ ਉਹਦਾ ਸੰਗਤ ਜੀ ਜੇ ਪਤਾ ਨਹੀਂ ਹੈਗਾ ਵੀ ਕਿੱਥੇ ਨਗਰ ਕੀਰਤਨ ਨਿਕਲ ਜਾਇ ਕਿੱਥੇ ਨਹੀਂ ਨਿਕਲ ਰਿਹਾ ਹੈਗਾ ਸੋ ਉਹਦੇ ਬਾਬਤ ਵੀ ਆਪਾਂ ਜੇ ਪਤਾ ਲੱਗਦਾ ਜਰੂਰ ਕਮੈਂਟ ਵਿੱਚ ਥੱਲੇ ਕਰ ਦਿਆਂਗੇ ਸੋ 15 ਤਰੀਕ ਸ਼ਨੀਵਾਰ ਨੂੰ ਜਿਹੜਾ ਅਗਲਾ ਨਗਰ ਕੀਰਤਨ ਹੈਗਾ ਆ ਉਹ ਹੈਗਾ ਗੁਰਦੁਆਰਾ ਸਿੰਘ ਸਵਾ ਫਲੈਰੋ ਬਰੇਸ਼ੀਆ ਦੇ ਵਿੱਚ ਜਿਹੜਾ ਬੀਆ ਕੋਰਸਿਕਾ ਤੋਂ ਸ਼ੁਰੂ ਹੁੰਦਾ ਆ ਨਰਕੀਰਤਨ ਉਹੜਾ ਨਰਕੀਰਤਨ 15 ਤਰੀਕ ਸ਼ਨੀਵਾਰ ਨੂੰ 12 ਵਜੇ ਨਿਕਲੇਗਾ ਗੁਰਦਰਾ ਸਿੰਘ ਸਵਾ ਫਲੈਰੋ ਬਰੇਸ਼ੀਆ ਦਾ ਸੇਜੇ ਅਸੀਂ ਗੱਲ ਕਰੀਏ 16 ਪ੍ਰੈ ਨੂੰ 16 ਪ੍ਰੈ ਨੂੰ ਨਰਕੀਰਤਨ ਦੋ ਨਰਕੀਰਤਨ ਨੇ ਜੇ ਇੱਕ ਨਰਕੀਰਤਨ ਹੈਗਾ ਆ ਗੁਰਦਰਾ ਗੁਰਨਾਣਕ ਦਰਬਾਰ ਕਸਟਰਫਰਾਂਕੋ ਇਮੀਲੀਆ ਮੋਦਨਾ ਵਿਖੇ ਜਿਹੜਾ ਕਸਟਰਫਰਾਂਕੋ ਦੇ ਵਿੱਚ ਹੀ ਨਿਕਲੇਗਾ ਤੇ ਕਸਟਰਫਰਾਂਕੋ ਤੋਂ ਰੰਮਤ ਆਓਗੇ ਕਸਟਰਫਰਾਂਕੋ ਗੁਰੂ ਘਰ ਹੀ ਸਮਾਪਤੀ ਹੋਵੇਗੀ ਪਿੰਡ ਦੇ ਵਿੱਚ ਨਿਕਲੇਗਾ ਪ੍ਰਵਿੰ ਕਿ ਇਤਨਾ 16ਪ੍ਰਾਇ ਨੂੰ ਉਹ ਹੈਗਾ ਗੁਰਦੁਆਰਾ ਬਾਬਾ ਲੱਖੀਸ਼ਾ ਬਨਜਾਰਾ ਸਿੱਖ ਸੈਂਟਰ ਜਿਹੜਾ ਵਗੈਰਾ ਵਾਲੇ ਸੰਦਰੀਏ ਜਿਹੇ ਪੈਂਦਾ ਗੁਰਦੁਆਰਾ ਸਾਹਿਬ ਉਹ ਜਿਹੜਾ ਪਿਆਸਾਲੇ ਇਨਰੀਕੋ ਫੇਰਮੀ ਵਗੈਰਾ ਤੋਂ ਜਿਹੜਾ ਰਮਤਾ ਹੋਵੇਗੀ ਜੇ ਅਸੀਂ ਗੱਲ ਕਰੀਏ 22 ਤਰੀਕ ਨੂੰ 22 ਤਰੀਕ ਨੂੰ ਇੱਕ ਨਾ ਕੀਤੇ ਨਿਕਲਿਆ ਗਿਆ ਗੁਰਦੁਆਰਾ ਮਾਤਾ ਸਾਹਿਬਕੌਰ ਜੀ ਕੋਵੋ ਬੈਰਗਮੋਂ ਵਿਖੇ ਜਿਹੜਾ ਨਿਕਲ ਰਿਹਾ ਹੈਗਾ ਆ ਤੇ ਇੱਕ ਜਿਹੜਾ ਨਗਰ ਕੀਰਤਨ 22 ਤਰੀਕ ਨੂੰ ਨਿਕਲ ਰਿਹਾ ਹੈਗਾ ਉਹ ਹੈਗਾ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਨਵੇਲਾਰਾ ਗੁਰਦੁਆਰਾ ਸਿੰਘ ਸਭਾ ਨਵੇਲਾਰਾ ਪ੍ਰਵਿੰਚਾ ਦੀ ਰਿਜੋ ਮਿਲਿਆ ਉਹ 22 ਅਪ੍ਰੈਲ ਨੂੰ ਜਿਹੜਾ ਨਗਰ ਕੀਰਤਨ ਨਿਕਲ ਰਿਹਾ ਹੈਗਾ 22 ਤਰੀਕ ਨੂੰ ਇੱਕ ਹੋਰ ਨਗਰ ਕੀਰਤਨ ਨਿਕਲ ਰਿਹਾ ਹੈਗਾ ਉਹ ਹੈਗਾ ਇਹ ਵਿਚੈਂਸੇ ਦੇ ਵਿੱਚ ਗੁਰਦੁਆਰਾ ਗੁਰੂ ਰਾਮਦਾਸ ਨਿਵਾਸ ਕੈਂਪ ਵਿਚੈਂਸੇ ਦੇ ਵਿੱਚ 22 ਤਰੀਕ ਨੂੰ ਜਿਹੜਾ ਅਗਲਾ ਨਗਰ ਕੀਰਤਨ ਨਿਕਲ ਰਿਹਾ ਹੈਗਾ ਜੇ ਅਸੀਂ ਗੱਲ ਕਰੀਏ 23 ਅਪ੍ਰੈਲ ਦੀ 23 ਅਪ੍ਰੈਲ ਨੂੰ ਜਿਹੜਾ ਨਗਰ ਕੀਰਤਨ ਨਿਕਲ ਰਿਹਾ ਹੈਗਾ ਆ ਆਪਣਾ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਰੋਮ ਵਾਲੇ ਜਿਹੜੇ ਉਹ ਨਰਕੀਜ਼ਨ ਕੱਢ ਰਹੇ ਹਨ ਬਿਲਕੁਲ ਨਰਕੀਰਤਨ ਜਿਹੜਾ ਰੋਮਾ ਚੈਂਟਰੋ ਦੇ ਵਿੱਚ ਨਿਕਲਣਾ ਹੈਗਾ ਆ ਜੇ ਅਸੀਂ ਗੱਲ ਕਰੀਏ 30 ਅਪ੍ਰੈਲ ਦੀ 30 ਅਪ੍ਰੈਲ ਨੂੰ ਨਗਰ ਕੀਰਤਨ ਆ ਰਿਹਾ ਹੈਗਾ ਆ ਪਜ਼ੀਨੋ ਦੀ ਪੋਰਦਨੋਂ ਨੇ ਗੁਰਦੁਆਰਾ ਗੁਰਨਾਨਕ ਦੇਵ ਜੀ ਸਿੰਘ ਸਭਾ ਪੋਰਦਨੋਂ ਨੇ ਵਾਲੇ ਜਿਹੜਾ ਉਹ 30 ਅਪ੍ਰੈਲ ਨੂੰ ਨਗਰ ਕੀਰਤਨ ਕੱਢ ਰਹੇ ਹਨ ਸੋ ਇਹ ਇਹ ਸਨ ਇਨਫੋਰਮੇਸ਼ਨ ਨਗਰ ਕੀਰਤਨ ਦੀ ਸੀ ਕਿ ਅਪ੍ਰੈਲ ਮਹੀਨੇ ਦੇ ਜਿਹੜੇ ਕਿੱਥੇ ਤੇ ਕਦੋਂ ਨਗਰ ਕੀਰਤਨ ਨਿਕਲਣ ਹਨ ਹੋਰ ਵੀ ਨਗਰ ਕੀਰਤਨ ਜੇ ਹੋਏ ਜੇ ਜਿਹੜੀ ਮੇਰੀ ਜਾਣਕਾਰੀ ਦੇ ਵਿੱਚ ਨਹੀਂ ਮੈਂ ਦੱਸ ਸਕਿਆ ਜੇ ਕਿਸੇ ਨੂੰ ਪਤਾ ਹੋਵੇ ਜ਼ਰੂਰ ਕਮੈਂਟ ਵਿੱਚ ਦੱਸ ਦਿਓ ਤਾਂ ਜੋ ਸੰਗਤ ਨੂੰ ਪਤਾ ਲੱਗ ਸਕੇ ਕਿਹੜਾ ਨਗਰ ਕੀਰਤਨ ਜਿਹੜਾ ਰਹਿ ਗਿਆ ਹੈਗਾ ਉਹ ਕਿੰਨੇ ਜੀ ਨੂੰ ਕਿੱਥੇ ਨਿਕਲਣਾ ਹੈਗਾ ਹੁਣ ਲਾਸਟ ਬੇਨਤੀ ਮੇਰੀ ਇਹ ਹੈਗੀ ਆ ਕਿ ਹੋਲੇ ਮਹੱਲੇ ਦੇ ਸੰਬੰਧ ਵਿੱਚ ਜਿਹੜਾ 25 ਤੇ 26 ਮਾਰਚ ਆ ਰਹੀ ਹੈਗੀ ਆ ਐਸੇ ਮਹੀਨੇ ਦੀ 25 26 ਮਾਰਚ ਨੂੰ ਜਿਹੜਾ ਹੋਲਾ ਮਹੱਲਾ ਹੈਗਾ ਆ ਉਹ ਬੜੀਆਂ ਹੀ ਧੂਮ ਧਾਮ ਦੇ ਨਾਲ ਗੁਰਦੁਆਰਾ ਸਿੰਘ ਸਭਾ ਕੋਰਤਾ ਨੋਵਾਂ ਜਿਹੜਾ ਵਿਖੇ ਉਹ ਮਨਾਇਆ ਜਾ ਰਿਹਾ ਜਿਹੜੇ ਹਰ ਸਾਲ ਬੜੇ ਹੀ ਧੂਮ ਧਾਮ ਦੇ ਨਾਲ ਮਨਾਉਂਦੇ ਹਨ ਇਸ ਦਿਹਾੜੇ ਨੂੰ ਤਾਂ ਜ਼ੋਰ ਭਰ ਤੋਂ ਇੱਥੇ ਜਿਹੜੀਆਂ ਸੰਗਤਾਂ ਪੁੱਜ ਰਹੀਆਂ ਹਨ ਗੱਤਕੇ ਦੇ ਜ਼ੋਰ ਹੋਣੇ ਹਨ ਇਹ ਇੰਡੀਆ ਦੀ ਧਰਤੀ ਤੋਂ ਬਾਬਾ ਬਤਾਰ ਸਿੰਘ ਜੀ ਜਿਹੜੇ ਦਲ ਦੇ ਆਲੇ ਹੈਗੇ ਆ ਉਹ ਪੁੱਜ ਰਹੇ ਹਨ ਮਹਾਪੁਰਖ ਤੇ ਹੋਰ ਵੀ ਮਹਾਪੁਰਖ ਜਿਹੜੇ ਉਹ ਪੁੱਜ ਰਹੇ ਹਨ ਇਸ ਹੋਲੇ ਮੱਲੇ ਤੇ ਸੋ ਸੰਗਤ ਨੂੰ ਬੇਨਤੀ ਹੈ ਜਿੱਥੇ ਜ਼ੋਰਪੁਰ ਦੀਆਂ ਸੰਗਤਾਂ ਨੇ ਇੱਥੇ ਆ ਕੇ ਸ਼ਿਕਰਤ ਕਰਨੀਆਂ ਉੱਥੇ ਇਟਲੀ ਇਟਲੀਆ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਜਰੂਰ ਹੋਲੇ ਮੱਲੇ ਵਿੱਚ ਪੁੱਜ ਕੇ ਜਿਹੜਾ ਹੋਲੇ ਮਹਲੇ ਦੀ ਜਿਹੜੀ ਤੁਸੀਂ ਉਹਨੂੰ ਹੋਰ ਵਧੀਆ ਢੰਗ ਦੇ ਨਾਲ ਤੁਸੀਂ ਉਹਨੂੰ ਦੇਖ ਸਕੋ ਕਿਸੇ ਤਰ੍ਹਾਂ ਪ੍ਰਬੰਧ ਕੀਤੇ ਹਨ ਬਹੁਤ ਸੋਹਣੇ ਪ੍ਰਬੰਧ ਸਿੰਘ ਕਰਦੇ ਹਨ ਬਹੁਤ ਸੋਹਣਾ ਜਿਹੜਾ ਉਹ ਹੋਲਾ ਮਹਲਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਸੋ ਆਪ ਸੰਗਤਾਂ ਨੇ ਪੁੱਜ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੇ ਕੋਈ ਵੀ ਹੋਰ ਅਪਡੇਟਰ ਦਾਸ ਕੋਲ ਰਹਿ ਗਈ ਹੋਵੇ ਸੋ ਜਰੂਰ ਥੱਲੇ ਕਮੈਂਟ ਕਰ ਦਿਓ ਤਾਂ ਜੋ ਸੰਗਤਾਂ ਨੂੰ ਪਤਾ ਲੱਗ ਸਕੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ